ਗੁਰਦਾਸਪੁਰ ਦੇ ਪਿੰਡ ਗਾਲੜੀ ਵਿੱਚ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੀ ਕਮੇਟੀ ਦੀ ਚੋਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਨਵੀਂ ਕਮੇਟੀ ਬਣਾਉਣ ਲਈ ਸਿਆਸੀ ਦਖਲਅੰਦਾਜ਼ੀ ਜ਼ੋਰਾਂ 'ਤੇ ਚੱਲ ਰਹੀ ਸੀ। ਇਸ ਦਖਲਅੰਦਾਜ਼ੀ ਤੋਂ ਦੁਖੀ ਹੋ ਕੇ ਹਲਕੇ ਦੀਆਂ ਸੰਗਤਾਂ ਵੱਲੋਂ ਆਪਣੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਪ੍ਰਧਾਨ ਦੀ ਚੋਣ ਕੀਤੀ, ਜਦਕਿ ਇਸ ਕਮੇਟੀ ਦੀ ਚੋਣ ਨੂੰ ਰੋਕਣ ਲਈ ਸਿਆਸੀ ਲੋਕਾਂ ਨੇ ਵੀ ਜ਼ੋਰ ਲਾਇਆ, ਪਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਕਾਰਨ ਕਮੇਟੀ ਦੀ ਚੋਣ ਨੇਪਰੇ ਚੜ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਉਸ ਦਿਨ ਤੋਂ ਸ਼ੁਰੂ ਹੋਇਆ ਸੀ ਜਦੋਂ ਗੁਰਦੁਆਰਾ ਟਾਹਲੀ ਸਾਹਿਬ ਦੇ ਸਾਬਕਾ ਪ੍ਰਧਾਨ ਸੁਲੱਖਣ ਸਿੰਘ ਸੇਖਾ ਰੇਪ ਕੇਸ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦੇ ਅਦਾਲਤ ਵਿੱਚ ਪੇਸ਼ੀ ਦੌਰਾਨ ਮਿਲਣ ਲਈ ਚਲੇ ਗਏ ਸਨ। ਉਸ ਤੋਂ ਬਾਅਦ ਸੰਗਤਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਨਵੀਂ ਕਮੇਟੀ ਬਣਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹਨਾਂ ਕਿਹਾ ਕਿ ਹੁਣ 13 ਮੈਂਬਰੀ ਕਮੇਟੀ ਸੰਗਤਾਂ ਦੇ ਕਹਿਣ 'ਤੇ ਬਣਾ ਦਿੱਤੀ ਗਈ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤਾਂ ਦੀ ਹਜ਼ੂਰੀ ਵਿੱਚ ਕੁਲਵਿੰਦਰ ਸਿੰਘ ਚਿੱਟੀ ਨੂੰ ਮੁੱਖ ਸੇਵਾਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੀ ਸੇਵਾ ਸੰਗਤਾਂ ਨੇ ਬਖਸ਼ੀ ਆ, ਮੈਂ ਸੇਵਾ ਦੇ ਯੋਗ ਨਹੀਂ, ਸੇਵਾ ਬਹੁਤ ਵੱਡੀ ਬਖਸ਼ਤੀ ਆ, ਮੈਂ ਯੋਗ ਨਹੀਂ, ਫਿਰ ਵੀ ਸੰਗਤਾਂ ਦਾ ਹੁਕਮ ਮੰਨਿਆ, ਸਿਰ ਮੱਥੇ ਪ੍ਰਵਾਨ ਆ, ਜਿੱਦਾਂ ਹੀ ਸੇਵਾ ਹੋਈ ਤਨ ਦੀਆਂ ਨਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਆਪਣੇ ਇਲਾਕੇ ਦੀ ਸਮੂਹ ਸਾਧ ਸੰਗਤ ਵੱਲੋਂ ਬੜੇ ਚਿਰ ਦੀ ਇਹ ਜੋ ਪੁਰਾਣੀ ਪਰੰਪਰਾ ਸੀ, ਜਿਹਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਕਮੇਟੀ ਚੁਗੀ ਜਾਂਦੀ ਸੀ ਇਲਾਕੇ ਦੀ, ਕੁਝ ਸਮਾਂ ਜੋ ਦਫ਼ਤਰਾਂ ਦੇ ਵਿੱਚ ਬਹਿ ਕੇ ਪਿਛਲੇ ਸਾਲ ਵੀ ਕਮੇਟੀ ਦੀ ਚੋਣ ਇਸ ਤੋਂ ਦੁਨੀਆ ਇਲਾਕੇ ਦੀ ਕਾਫ਼ੀ ਨਫ਼ਰਤ ਕਰਦੀ ਸੀ। ਇਸ ਕਰਕੇ ਜੋ ਮੋਹਤ ਮੇਰੇ ਇਲਾਕੇ ਦੇ ਜਿੰਨੇ ਵੀ ਸੇਵਾਦਾਰ ਸੀ, ਉਹਨਾਂ ਪਿੰਡ ਪਿੰਡ ਜਾ ਕੇ ਸਾਰੇ ਇਲਾਕੇ ਦੇ ਵਿੱਚ ਇਕੱਤਰ ਹੋ ਕੇ ਤੋ ਨਗਰਾਂ 'ਚ ਜਾ ਕੇ ਸਲਾਹ ਲਈ ਗਈ, ਸਾਰੀ ਸਲਾਹ ਨੇ ਜੋ ਇਹੋ ਹੀ ਫੈਸਲਾ ਕੀਤਾ ਵੀ ਜੋ ਗੁਰਦੁਆਰਾ ਸਾਹਿਬ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਜੋ ਸੰਗਤ ਪ੍ਰਵਾਨਗੀ ਦੇ ਕੇ ਕਮੇਟੀ ਬਣਾਏਗੀ, ਉਹ ਸਾਰੀ ਸੰਗਤ ਨੂੰ ਪ੍ਰਵਾਨ ਹੈ। ਉਹ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਜੋ ਵੀ ਸਾਰੀ ਸੰਗਤ ਵੱਲੋਂ ਉਪਰਾਲਾ ਕਰਕੇ ਅੱਜ ਜੋ ਕਮੇਟੀ ਦੀ ਚੋਣ ਹੋਈ ਹੈ, ਇਹਦੇ ਨਾਲ ਜੋ ਪਿਛਲਾ ਵਾਦ ਉਹ ਖਤਮ ਹੋਏਗਾ ਤੋ ਜੋ ਅੱਗੇ ਆਉਣ ਵਾਲੇ ਜੋ ਪ੍ਰਧਾਨ ਸਾਹਿਬ ਚੁਗੇ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਚਿੱਟੀ, ਬੜੀ ਮਹਾਰਾਜ ਦੀ ਕਿਰਪਾ ਇਹਨਾਂ ਉੱਤੇ ਤੋ ਗੁਰਮੁਖ ਪਰਿਵਾਰ ਹੈ ਸਾਰਾ, ਤੋ ਇਹਨਾਂ ਤੋਂ ਉਮੀਦਾਂ ਰੱਖਦੇ ਹਾਂ ਵੀ ਜੋ ਗੁਰਦੁਆਰੇ ਦੀ ਭਾਵਨਾ ਜਿੰਨੀ ਵੀ ਆ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਅਨੁਸਾਰ ਹੀ ਜੋ ਸੇਵਾ ਭਾਵਨਾ ਸਾਰੀ ਕੀਤੀ ਜਾਏਗੀ। ਉਹ ਅੱਜ ਤੋਂ ਬਾਅਦ ਬਿਲਕੁਲ ਖਤਮ ਹੈ, ਉਹਨਾਂ ਨੇ ਸੰਗਤ ਦੀ ਪ੍ਰਵਾਨਗੀ ਨਾਲ ਜੋ ਕੈਸ਼ੀਅਰ ਸਾਹਿਬ ਸੀ ਉਹਨਾਂ ਨੇ ਅੱਜ ਸਾਰੀ ਸੰਗਤ ਦੇ ਵਿੱਚ ਸਾਰਿਆਂ ਦੇ ਮਿਲ ਕੇ ਤੋ ਚਾਰਜ ਜੋ ਅੱਜ ਸੰਗਤ ਨੂੰ ਦੇ ਦਿੱਤਾ, ਨਵੇਂ ਪ੍ਰਧਾਨ ਸਾਹਿਬ ਨੂੰ ਦੇ ਦਿੱਤਾ, ਦਫ਼ਤਰ ਦੀਆਂ ਚਾਬੀਆਂ ਗੁਲਕ ਦੀਆਂ ਚਾਬੀਆਂ ਸਾਰੀਆਂ ਉਹਨਾਂ ਨੇ ਦਿੱਤੀਆਂ ਅੱਜ। ਅੱਜ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਕੋਈ ਗੁੱਸਾ ਗਿਲਾ ਨਹੀਂ, ਉਹਨਾਂ ਦੀ ਵੀ ਸਹਿਮਤੀ ਦੇ ਨਾਲ ਹੀ ਇਹ ਕਮੇਟੀ ਦੀ ਸਾਰੀ ਜੋ ਚੋਣ ਹੈ ਉਹ ਕੀਤੀ ਗਈ ਹੈ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।